ਅਸਲਾਮ ਵਾਲੇਕੁਮ ਸੱਜਣੋ ਤੇ ਬੇਲੀਏ ਤਲਹਾ ਸਾਹਿਬ ਵਲੋਗਰ, ਤੁਹਾਡੀ ਖਿਦਮਤ ਚ ਹਾਜ਼ਰ ਆ ਜੀ। ਅੱਲਾ ਪਾਕ ਦੇ ਕਰਮ ਫਜ਼ਲ ਨਾਲ ਅੱਜ ਦਾ ਵਲੋਗ ਕਰਦੇ ਹਾਂ ਸ਼ੁਰੂ। ਵਲੋਗ ਸ਼ੁਰੂ ਹੋ ਰਿਹਾ ਤਕਰੀਬਨ 4 ਵਜੇ ਦੇ ਕਰੀਬ। ਦੋਸਤੋ, ਅੱਜ ਰਮਜ਼ਾਨ ਮੁਬਾਰਕ ਦਾ ਲਾਸਟ ਵਲੋਗ ਆ ਜੀ। ਉਮੀਦ ਕਰਦਾ ਤੁਹਾਡਾ ਰਮਜ਼ਾਨ ਵੀ ਬਹੁਤ ਅੱਛਾ ਗੁਜ਼ਰਿਆ ਹੋਏਗਾ। ਮਾਸ਼ਾਅੱਲਾ ਜੀ, ਮੇਰਾ ਰਮਜ਼ਾਨ ਵੀ ਬਹੁਤ ਅੱਛਾ ਗੁਜ਼ਰਿਆ। ਵਲੋਗ ਬਹੁਤ ਅੱਛਾ ਬਣਿਆ ਵਾਲਾ, ਚੈਨਲ ਸਬਸਕ੍ਰਾਈਬ ਕਰ ਦਿਓ, ਵੀਡੀਓ ਸ਼ੇਅਰ ਕਰ ਦਿਓ, ਲਾਈਕ ਕਰ ਦਿਓ। ਅਤੇ 4 ਵਜੇ ਤੋਂ ਬਾਅਦ ਹੁਣ 4:30 ਦਾ ਟਾਈਮ ਆ ਤਕਰੀਬਨ, ਨਮਾਜ਼ ਅਸਰ ਦਾ ਟਾਈਮ ਹੋਣ ਵਾਲਾ। ਨਮਾਜ਼ ਅਸਰ ਅਦਾ ਕਰਦੇ ਹਾਂ, ਇੱਕ ਦੋ ਜਿਹੜੇ ਕੰਮ ਆ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ, ਜੋ ਵੀ ਕਰਾਂਗੇ। ਅਤੇ ਬਾਕੀ ਹੱਥ 'ਚ ਆਏ ਹਾਂ, ਦੇਖੋ ਅਤੇ ਮਾਲ ਬਣ ਰਹੇ ਆ। ਕੱਲ੍ਹ ਵਾਸਤੇ ਪੱਠੇ ਈਦ ਵਾਸਤੇ ਲੈ ਆਉਂਦੇ ਆ, ਕੱਲ੍ਹ ਈਦ ਕਰਕੇ ਪੱਠੇ ਐਡਵਾਂਸ ਹੀ ਇੱਕ ਦਿਨ ਦੇ ਲੈ ਆਉਂਦੇ ਆ। ਵੇਖ ਲਓ ਟਰਾਲੀ 'ਤੇ ਲੋਡ ਕੀਤੇ ਪਏ ਆ, ਕੱਲ੍ਹ ਨੂੰ ਕੁਤਰ ਕੇ ਸੁਬਹਾ ਸੁਬਹਾ ਟਾਈਮ ਨਾਲ ਹੀ ਪਾ ਦਿੱਤੇ ਜਾਣਗੇ ਮਾਲ ਨੂੰ, ਕੋਈ ਫਿਕਰ ਨਹੀਂ ਹੋਏਗੀ। ਬਾਕੀ ਮਾਲ ਨੂੰ ਉੱਧਰ ਬੰਨਿਆ ਬੁੰਨਿਆ ਜਾ ਰਿਹਾ ਵਾ। ਹੁਣ ਨਮਾਜ਼ ਅਸਰ ਪੜ੍ਹਨ ਜਾ ਰਹੇ ਹਾਂ ਜੀ ਮਸਜਿਦ ਦੀ ਤਰਫ, ਅਤੇ ਸਾਡਾ ਹਵੇਲੀ ਦਰਜ਼ ਹੀ ਹੈਗਾ ਵਾ। ਅਤੇ ਨਮਾਜ਼ ਪੜ੍ਹ ਕੇ ਆਉਂਦੇ ਹਾਂ, ਚੱਲਦੇ ਹਾਂ, ਉਹਦੇ ਦੇਖਦੇ ਹਾਂ ਅਤੇ ਕੀ ਹਾਲਾਤ ਆ ਉਹਦੇ ਕੋਲ, ਕਿੰਨਾ ਕੁ ਰਸ਼ ਆ ਅਤੇ ਕੀ ਕਰ ਰਿਹਾ ਅੱਜ ਕੱਲ੍ਹ, ਫਸਿਆ ਪਿਆ ਉਹਨੇ ਕਿਹਾ, ਅਤੇ ਵਾਪਸੀ ਤੋਂ ਕੁਝ ਚੱਲਦੇ। ਮਿੱਤਰੋ, ਨਮਾਜ਼ ਅਸਰ ਪੜ੍ਹ ਕੇ ਵਾਪਸ ਆ ਗਏ ਸੀਗੇ, ਅਤੇ ਆਪਣੇ ਦੋਸਤ ਟੇਲਰ ਕੋਲ ਜਾਣਾ ਸੀ, ਲੇਕਿਨ ਉਹਦੀ ਤਬੀਅਤ ਖਰਾਬ ਆ, ਕੁਛ ਰੋਜ਼ਾ ਵੀ ਆ, ਅਤੇ ਇਸ ਕਰਕੇ ਉਹ ਘਰ ਪਿਆ ਵਾ, ਆਰਾਮ ਕਰ ਰਿਹਾ। ਅਗਰ ਖੋਰੀ ਦੁਕਾਨ 'ਤੇ ਜ਼ਰੂਰ ਵਿਜ਼ਿਟ ਕਰਾਂਗੇ, ਨਾਲੇ ਸ਼ੁਕਰ ਮੇਲਾ ਝੱਟ ਉਹਨਾਂ ਕਰਾਂਗੇ। ਅਤੇ ਇੱਕ ਬਹੁਤ ਹੀ ਮੁਨਫਰਿਦ ਚੀਜ਼ ਲੈਣ ਜਾਣਾ, ਜਿਹਦੀ ਈਦ 'ਤੇ ਬਹੁਤ ਸਖਤ ਜ਼ਰੂਰਤ ਹੁੰਦੀ ਆ, ਅਤੇ ਚੱਲਦੇ ਹਾਂ ਜੀ ਮੋਟਰਸਾਈਕਲ 'ਤੇ, ਉਹ ਚੀਜ਼ ਲੈ ਕੇ ਆਉਂਦੇ ਹਾਂ। ਸਪਰਾਈਜ਼ ਆ, ਤੁਹਾਨੂੰ ਮੌਕੇ 'ਤੇ ਦੱਸਾਂਗੇ। ਆ ਜੀ, ਮੋਟਰਸਾਈਕਲ ਪਾ ਲਿਆ ਫਿਰ ਵਾਨਗੀ ਨੂੰ। ਦੇਖੋ ਕਣਕ ਵੱਢੀ ਗਈ, ਭਰੀਆਂ ਵੀ ਪੈ ਗਈਆਂ, ਇਨਸ਼ਾਅੱਲਾ ਈਦ ਤੋਂ ਬਾਅਦ ਇੱਥੇ ਥਰੈਸ਼ਰਾਂ ਵੀ ਲੱਗ ਜਾਣਗੀਆਂ। ਅਤੇ ਲੇਕਿਨ ਜ਼ਿਆਦਾ ਹਜੇ ਕਣਕ ਵੱਢਣ ਵਾਲੀ ਖੜ੍ਹੀ ਆ, ਠੀਕ ਆ, ਈਦ ਤੋਂ ਬਾਅਦ ਹੀ ਸ਼ੁਰੂ ਹੋਏਗੀ। ਦੋਸਤੋ, ਫਾਈਨਲੀ ਆ ਨੋਟ ਸੀਗੇ ਜਿਹੜੇ ਤੁਹਾਨੂੰ ਦਿਖਾਉਣੇ ਸੀ, ਨਵੇਂ ਜਿਹੜੇ ਕਿ ਜ਼ਰੂਰੀ ਹੁੰਦੇ ਆ। ਕਾਪੀਆਂ ਬੜੀ ਮੁਸ਼ਕਲ ਨਾਲ ਦੋ ਲੱਭੀਆਂ ਵਾ, ਉਹ ਵੀ 50 ਵਾਲੀ, 100 ਵਾਲੀ, ਨਾ 500 ਵਾਲੀ, ਕੋਈ ਕਾਪੀ ਨਹੀਂ ਮਿਲ ਰਹੀ ਸੀਗੀ। ਸਪੈਸ਼ਲ ਆ ਦੋ ਲੱਭੀਆਂ ਵਾ, ਠੀਕ ਆ, ਨਿਆਣਿਆਂ ਦੇਣ ਦੇਣ ਲਈ। ਅਤੇ ਬਾਕੀ ਚੱਲਦੇ ਹਾਂ ਜੀ ਘਰ। ਦੋਸਤਾਂ ਨੂੰ ਅੱਜ ਦਾ ਵਲੋਗ ਬਹੁਤ ਅੱਛਾ ਲੱਗਾ ਹੋਗਾ, ਚੈਨਲ ਸਬਸਕ੍ਰਾਈਬ ਕਰ ਦਿਓ, ਵੀਡੀਓ ਸ਼ੇਅਰ ਕਰ ਦਿਓ, ਲਾਈਕ ਕਰ ਦਿਓ ਜੀ। ਲਾਸਟ ਵਲੋਗ ਸੀਗਾ ਜੀ ਰਮਜ਼ਾਨ ਮੁਬਾਰਕ ਦਾ 2024 ਦਾ, ਅਤੇ ਇਨਸ਼ਾਅੱਲਾ ਤਾਲਾ ਹੁਣ ਤੋਂ ਫਿਰ ਡੇਲੀ ਰੂਟੀਨ ਨਾਲ ਵਲੋਗ ਸ਼ੇਅਰ ਹੋਇਆ ਕਰੇਗਾ, ਕਿਉਂਕਿ ਰੋਜ਼ੇ ਫਿਰ ਐਂਡ ਹੋ ਗਏ ਆ। ਅਤੇ ਦੁਆਵਾਂ ਯਾਦ ਰੱਖਣੀਓ, ਤੁਹਾਡਾ ਭਰਾ ਤਲਹਾ ਸਾਹਿਬ ਵਲੋਗਰ। ਇਨਸ਼ਾਅੱਲਾ ਤਾਲਾ ਅਗਲੀ ਵੀਡੀਓ 'ਚ ਮਿਲਾਂਗੇ, ਅੱਲਾ ਹਾਫਿਜ਼, ਅੱਲਾ ਤੁਹਾਡਾ ਹਾਮੀ ਨਾਸਰ। ਲਓ ਜੀ, ਆਖਰੀ ਸੂਰਜ ਗਰੂਬ ਹੋ ਰਿਹਾ, ਵੇਖ ਸਕਦੇ ਹੋ। ਅਤੇ ਬਾਕੀ ਪੱਠੇ